बटाला च महिला कौंसलर ने अपने वार्ड च कीती एक वख पहल। लोकां दीआं मुश्किलां जानना अते उन्हां दा जल्द हल करन दी सोच नाल वार्ड दे वख वख हिस्सिआं च करीब 10 शिकायत अते सुझाव बॉक्स लगाए गए। उधर लोकां ने भी इस पहल दी सलाखा कीती। नगर निगम बटाला दे वार्ड नंबर 29 दे कौंसलर अनु अग्रवाल अते उसदे पति ते समाज सेवी अनीश अग्रवाल दस्सिआ कि उन्हां वल्लों अपने वार्ड विच वख वख मुहल्ले अते गलियां विच 10 शिकायत बॉक्स लगवाए ने। इन्हां दा मुख कारण इह सी कि वार्ड विच रहण वाले किसे भी व्यक्ति नूं कोई भी मुश्किल आ रही है तां अपनी शिकायत लिख के उस बॉक्स विच पा सकदा है अते अपने मुहल्ले दे विकास लई कई सुझाव चंगे दे सकता है। इस दे नाल ही उन्हां दस्सिआ कि उन्हां दा इह मकसद है कि राजनीतिक पार्टी हित तो उपर उठ के लोकां दीआं मुश्किलां दा हल कीता जावे। उधर इस वार्ड की गल करिए करीब 6000 की आबादी वाले इस वार्ड के तकरीबन 1500 घरां विच सीधे तौर पर कौंसलर की पहुंच हो गई है। किसी नूं जेकर कोई मुश्किल आती है तो लोग शिकायत बॉक्स विच अपना सुझाव दे सकते ने। कीति इस पहल नूं लैके वार्ड विच लोग प्रशंसा कर रहे ने। ਇਹ 70 ਸਾਲ ਦੇ ਇਤਿਹਾਸ ਦੇ ਵਿੱਚ ਇੱਕ ਅਨੂਠਾ ਪ੍ਰਯਾਸ ਹੈ। ਇਸ ਤੋਂ ਪਹਿਲਾਂ ਕਦੀ ਅੱਜ ਤੱਕ ਮੈਨੂੰ ਜੋ ਤੱਕ ਯਾਦ ਹੈ ਇਹੋ ਜਿਹਾ ਪ੍ਰਯਾਸ ਅੱਜ ਤੱਕ ਪੂਰੇ ਹਿੰਦੁਸਤਾਨ 'ਚ ਕਿਸੇ MC ਵੱਲੋਂ, ਕਿਸੇ MLA ਵੱਲੋਂ ਜਾਂ ਕਿਸੇ ਸੰਸਦ ਵੱਲੋਂ ਨਹੀਂ ਹੋਇਆ ਹੋਏਗਾ। ਅਗਰ ਕਿਸੇ ਨੇ ਕੀਤਾ ਹੋਏਗਾ ਸਿਰਫ ਆਪਣੇ ਘਰ ਦੇ ਬਾਹਰ ਬੋਕਸ ਲਗਾਇਆ ਹੋਏਗਾ, ਲੇਕਿਨ SMC ਨੇ ਵਾਰਡ ਨੰਬਰ 29 ਤੋਂ ਅਨੂ ਅਗਰਵਾਲ ਜੀ ਨੇ ਇਹ ਬੋਕਸ ਜਿਹੜੇ ਨੇ ਪੂਰੇ ਵਾਰਡ ਦੇ ਵਿੱਚ ਲਵਾਏ ਨੇ ਤਾਂ ਕਿ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਹੋਵੇ ਉਹਨੂੰ ਮੇਰੇ ਘਰ ਤੱਕ ਵੀ ਨਾ ਆਉਣਾ ਪਵੇ। ਉਹਦਾ ਜਿਹੜਾ ਮਸਲਾ ਹੈ ਉਹਦੇ ਘਰ ਬਹਿ ਕੇ ਹੱਲ ਹੋਵੇ। ਔਰ ਕੁਛ ਪਰਸਨ ਐਸੇ ਹੁੰਦੇ ਨੇ ਜਿਵੇਂ ਕਿ ਮੰਨ ਲਓ ਇਹ ਵਾਰਡ ਦੇ ਵਿੱਚ ਜਿਹੜੇ ਆਪਣੇ MC ਨੇ ਕਾਂਗਰਸ ਦੇ ਨੇ, ਕੁਛ ਲੋਕ ਹੁੰਦੇ ਨੇ ਉਹ ਦੂਜੀਆਂ ਪਾਰਟੀਆਂ ਬਿਲੋਂਗ ਕਰਦੇ ਨੇ, ਉਹ ਇੱਕ ਕਾਂਗਰਸ ਦੇ MC ਦੇ ਘਰ ਜਾਣ ਤੋਂ ਵਿਰੋਧ ਕਰਦੇ ਨੇ, ਜਾਂ ਕੋਈ MC ਹੋਵੇ BJP ਦਾ ਉਹਦੇ ਘਰ ਜਾਣ ਤੋਂ ਵੀ ਵਿਰੋਧ ਕਰਦੇ ਨੇ ਲੋਕ। ਉਹਨਾਂ ਦੀ ਸਹੂਲਤ ਵਾਸਤੇ ਇਹ ਲਗਾਇਆ ਗਿਆ। ਔਰ ਮੇਰਾ ਸਭ ਨੂੰ ਅਨੁਰੋਧ ਹੈ ਇਸ ਪੂਰੇ ਵਾਰਡ ਦੇ ਇੱਕ ਇੱਕ ਵੋਟਰ ਨੂੰ ਕਿ ਅਗਰ ਉਹਦੀ ਕੋਈ ਸ਼ਿਕਾਇਤ ਹੈ ਉਹ ਆਪਣੀ ਸ਼ਿਕਾਇਤ ਆਪਣਾ ਨਾਂ ਆਪਣਾ ਮੋਬਾਈਲ ਨੰਬਰ ਲਿਖ ਕੇ ਚ ਪਾ ਦੇ। ਸਾਡੇ ਬੰਦੇ ਹਫ਼ਤੇ 2 ਵਾਰੀ ਆਉਣਗੇ, ਇਹ ਬੋਕਸ ਖੋਲਣਗੇ, ਉਹਦਾ ਜਿਹੜਾ ਸੁਝਾਅ ਹੋਏਗਾ ਸਾਡੇ ਸਿਰ ਮੱਥੇ, ਔਰ ਜਿਹੜੀ ਉਹਦੀ ਸ਼ਿਕਾਇਤ ਹੋਏਗੀ ਉਹਨੂੰ ਉਸੇ ਟਾਈਮ ਦੂਰ ਕਰਨ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ। ਨਰਿੰਦਰ ਕੁਮਾਰ, ਹਾਂਜੀ, ਇਹ ਬਹੁਤ ਵਧੀਆ ਕੰਮ ਕੀਤਾ ਜੀ। ਕੱਲ੍ਹ ਨੂੰ ਕਿਸੇ ਕੋਈ ਸ਼ਿਕਾਇਤ ਮੌਕਾ ਮਿਲੇ ਉੱਥੇ ਚੌਪਾ ਲੈਟਰ ਪਾ ਦੇ। ਇਹੋ ਜਿਹਾ ਕੰਮ ਅੱਜ ਤੱਕ ਕਦੀ ਨਹੀਂ ਆ ਮੱਲੇ 'ਚ। ਜੋ ਵੇਖੋ ਗੱਲ ਇਹ ਚੀਜ਼ ਜਿਹੜੀ ਹੈਗੀ ਹੈ, ਇੱਕ ਮੇਰਾ ਮਤਲਬ ਕਹਿੰਦਾ ਕਿਸੇ ਦੇ ਸਾਹਮਣੇ ਨਜ਼ਰ ਹੋਣ ਤੋਂ ਬਿਨਾਂ ਇੱਥੇ ਹੱਲ ਹੋ ਸਕਦਾ ਆਪਣੇ ਕਿਸੇ ਤੋਂ ਕਈ ਪਹੁੰਚਦਾ ਹਿਸਾਬ ਦਾ ਇਹੋ ਜਿਹਾ ਜਿਹਦੇ ਨਾਲ ਕਿ ਬੰਦਾ ਪਰਦੇ ਲੈ ਇੱਥੇ ਪਾ ਸਕਦਾ। ਓਮ ਪ੍ਰਕਾਸ਼ ਖੰਡਾ ਖੋਲਾ, ਇਹਦਾ ਫਾਇਦਾ ਇਹ ਹੈਗਾ ਕਿ ਸਾਨੂੰ ਮਤਲਬ ਕਿ ਇਹਨਾਂ ਨੂੰ ਕਹਿਣ ਦੀ ਨਹੀਂ ਲੋੜ ਪਏਗੀ ਕਿ ਇਹਨਾਂ ਦੇ ਇੱਥੇ ਜੋ ਸਾਡੀ ਕੰਪਲੇਂਟ ਹੋਏਗੀ ਇਹਦੇ 'ਚ ਅਸੀਂ ਲਿਖ ਕੇ ਦਿਆਂ ਕਰਾਂਗੇ ਕਿ ਸਾਨੂੰ ਇਹ ਪ੍ਰੋਬਲਮ ਆ ਜਿਹੜੀ ਹੈ ਉਹਦਾ ਹੱਲ ਜ਼ਿਆਦਾ ਕੀਤਾ ਜਾਏ। ਡਰ ਕਾਹਦਾ ਜੇ ਡਰਨਾ ਕਿਉਂ ਹੈ? ਆਪਣਾ ਨਾਂ ਲਿਖਾਂਗੇ, ਐਡਰੈਸ ਦਿਆਂਗੇ, ਫੋਨ ਨੰਬਰ ਦਿਆਂਗੇ, ਪੂਰਾ ਮਤਲਬ ਕਿ ਗੱਲ ਲਿਖਾਂਗੇ। ਇਹ ਨਹੀਂ ਕੋਈ ਹੋਏਗਾ ਕਿ ਮੈਨੂੰ ਕੋਈ ਨਾਂ ਲਿਖਣ ਤੋਂ ਕੋਈ ਮੈਂ ਗਰੇਜ ਕਰਾਂਗਾ, ਮੈਂ ਆਪਣਾ ਨਾਂ ਦਿਆਂਗਾ ਔਰ ਬਕਾਇਦਾ ਐਡਰੈਸ ਦਿਆਂਗਾ। ਇਹ MC ਜਿਹੜੇ ਪਹਿਲੇ ਬਣੇ ਨੇ, ਮੈਂ ਬਹੁਤ ਖੁਸ਼ ਹੋਗਾ ਕਿ ਇਹਨਾਂ ਨੇ ਇਹ ਚੀਜ਼ ਨਵੀਂ ਜਿਹੜੀ ਹੈ ਪੇਸ਼ ਕੀਤੀ ਹੈਗੀ ਹੈ। ਅਸੀਂ ਅੱਜ ਦੇ ਦਿਨ ਤੱਕ ਪਹਿਲੇ ਵੀ ਇੰਨੇ MC ਰਹਿ ਚੁੱਕੇ ਨੇ, ਉਹਨਾਂ ਨੇ ਕੋਈ ਇਹੋ ਜਿਹਾ ਬਕਸਾ ਨਹੀਂ ਲਾਇਆ ਦਾ। ਇਹ ਬਕਸਾ ਜਿਹੜਾ ਲੱਗਣ ਨਾਲ ਇਹ ਸਾਰੇ ਮੁਹੱਲੇ ਵਾਲਿਆਂ ਨੂੰ ਬਹੁਤ ਸਹੂਲਤ ਮਿਲੇਗੀ। ਬਜਾਏ ਅਸੀਂ ਇੱਥੇ ਬਹਿ ਕੇ ਹੀ ਕੰਪਲੇਂਟ ਕਰ ਲਾਂਗੇ, ਸਾਨੂੰ ਘਰ ਜਾਣ ਦੀ ਲੋੜ ਹੀ ਨਹੀਂ ਪੈਣੀ ਕਰਨੀ, ਕਿਉਂਕਿ ਜਿਹੜੀ ਸਾਡੀ ਕੋਈ ਚੀਜ਼ ਦੀ ਡਿਮਾਂਡ ਹੋਏ ਕਰੇਗੀ ਉਹਦੇ ਵਿੱਚ ਦੇਖਾਂ। ਲੋਕਾਂ ਦੇ ਸ਼ਿਕਾਇਤਾਂ ਦੂਰ ਕਰਨ ਵਾਸਤੇ ਜਿਹੜੇ ਲੋਕ ਸਾਡੇ ਤੱਕ ਨਹੀਂ ਪਹੁੰਚ ਸਕਦੇ ਉਹ ਆਪਣੀ ਸ਼ਿਕਾਇਤ ਇਹਦੇ ਵਿੱਚ ਲਿਖ ਕੇ ਪਾ ਦੇਣ, ਅਸੀਂ ਵੀ ਜਲਦੀ ਤੋਂ ਜਲਦੀ ਉਹਨਾਂ ਦੀ ਸ਼ਿਕਾਇਤ ਦੂਰ ਕਰ ਸਕੀਏ। ਅਤੇ ਸੁਝਾਅ ਕਈ ਤਰ੍ਹਾਂ ਦੇ ਸਾਨੂੰ ਵੀ ਦਿਮਾਗ 'ਚ ਨਹੀਂ ਆਉਂਦਾ ਕਿ ਕਿਸ ਤਰ੍ਹਾਂ ਅੱਗੇ ਅੱਗੇ ਪਬਲਿਕ ਨੂੰ ਕਿਸ ਤਰ੍ਹਾਂ ਸਹੂਲਤਾਂ ਦੇਣੀ ਆ ਮੈਂ, ਅਤੇ ਕਿਸੇ ਤਰ੍ਹਾਂ ਦਾ ਉਹ ਵੀ ਸੁਝਾਅ ਉਹਨਾਂ ਦੇ ਵੀ ਦਿਮਾਗ 'ਚ ਆਏ ਅਤੇ ਉਹ ਸੁਝਾਅ ਵੀ ਲਿਖ ਕੇ ਪਾ ਦੇਣ, ਅਸੀਂ ਉਹਨਾਂ ਨੂੰ ਅਮਲ 'ਤੇ ਲਿਆਈਏ ਉਹਨਾਂ ਦੇ ਸੁਝਾਅ ਵੀ, ਕਿਉਂਕਿ ਹਰ ਤਰ੍ਹਾਂ ਦੀ ਨੌਲੇਜ ਸਾਨੂੰ ਵੀ ਨਹੀਂ ਹੈਗੀ। ਜਿਹੜੇ ਸਾਡੇ ਤੋਂ ਉੱਪਰ ਸਾਡੇ ਸੀਨੀਅਰ ਬੈਠੇ ਦੇ ਆ ਉਹਨਾਂ ਨੂੰ ਕਾਫੀ ਨੌਲੇਜ ਹੁੰਦੀ ਹੈ ਰਾਜਨੀਤਿਕ ਮਸਲਿਆਂ ਦੀ, ਅਤੇ ਉਹ ਸਾਨੂੰ ਸੁਝਾਅ ਦੇ ਸਕਦੇ ਨੇ ਇਹ ਬਕਸਿਆਂ ਰਾਹੀਂ। ਸਾਨੂੰ ਬੋਕਸ ਲਾਉਣ ਦੀ ਮਹੱਤਤਾ ਜਿਹੜੀ ਹੈ ਇਹ ਸੋਚ ਸਮਝ ਕੇ ਲਾਈ ਗਈ ਹੈ ਕਿ ਸਾਡੀ ਵਾਰਡ ਦੇ ਵਿੱਚ 6000 ਆਬਾਦੀ ਹੈ ਇਸ ਟਾਈਮ,
असी बॉक्स इस करके लवाया कि साड़ी जिहड़ी पहुँच है 24 घंटे हर पल सारी पब्लिक च रहे, जिस वेले भी किसी भी कोई शिकायत या कोई साढ़े प्रति सुझाव साढ़े काम करने का तरीका या किसी वेले हुंदा कि अहीं भी कई गलतियां कर सकने हैं उहदे सुझाव वह बक्से ही तद लवाया भी सानू शिकायत और सुझाव मिलते रहन जिहदे नाल अहीं अपनी वार्ड नूं एक सुचारू ढंग नाल चला सकीए। इस तरह ही आया जी कि जदों इलैक्शन का रिजल्ट आया 17-2 नूं सानू MC बनने का मौका मिलिया, तो उस तो बाद वेख्या बई अही दफ्तर भावें उस उदन का खोलिया वा उस तो पहले भी खोलिया अं दफ्तर ही अपना, पर फिर भी कई राजनीतिक पार्टियां दे लोग ऐसे इलैक्शन दे विच 5-7 पार्टियां दे लोग खड़े होंदे आ, 5-7 पार्टियां दे लोग खड़े होंदे आ, कई चेहरे मूहरे ऐसे बन जांदे आ कि जेकर उन्हां नूं भी कोई काम पै गया तो वह साढ़े को नहीं आते। असी मेन पॉइंट मन च यह रखिया कि बई कोई भी पार्टी का कोई भी बंदा होए जेकर वह साढ़े तक नहीं अपनी पहुँच कर सकता या नहीं करनी चाहता कम से कम वह शिकायत और सुझाव बॉक्स तक अपनी पहुँच कर सके जिहदे नाल उहनूं भी कोई जिहड़ी भी समझो मुश्किल है या साढ़े प्रति। टोटल असी अपनी वार्ड दियां 8 डब्बियां बनाईयां सी, उहदे विच असी 10 बॉक्स लाते आ कि हर एरिए दे विच समझो 400-500 आबादी के हिसाब नाल असी 10 बॉक्स लाते आ, साडी आबादी 6000 आ, वोटर 4000 आ। ਉਸੇ ਦਾ ਡੇ ਫਿੱਟ ਕਰਦੇ ਆ ਕਿ ਬੁੱਧਵਾਰ ਸਵੇਰੇ ਅਤੇ ਐਤਵਾਰ ਸਵੇਰੇ ਖੁੱਲ੍ਹਣਗੇ ਅਤੇ ਬੁੱਧਵਾਰ ਦੀਆਂ ਸ਼ਿਕਾਇਤਾਂ ਬੁੱਧਵਾਰ ਹੀ ਜਾਂ ਵੀਰਵਾਰ ਹੱਲ ਹੋ ਜਾਣਗੀਆਂ, ਐਤਵਾਰ ਦੀਆਂ ਸੋਮਵਾਰ ਹੱਲ ਹੋ ਜਾਣਗੀਆਂ।